ਪੁਰਾਣੀਆਂ ਸਾਥੀਓ, ਗੱਡੀਆਂ ਨੂੰ ਪਿਛਲੇ ਲੈ ਕੁਝ ਕੇ ਦਿਨਾਂ ਤੋਂ ਭਗਵੰਤ ਕਈ ਮਾਨ ਸਾਡੇ ਸਰਕਾਰ ਭੈਣ ਦਾ ਭਰਾ ਇਹਨਾਂ ਜਿਹੜੇ ਆ ਉਹ ਫੈਸਲਾ ਪਰੇਸ਼ਾਨ ਹੋ ਰਹੇ ਆ ਕਿ ਕੀ ਜੀ ਹੈ ਪੰਜਾਬ ਕਿੰਨਾ ਵਾ ਸਰਕਾਰ ਪੈਸਾ। ਵੱਲੋਂ ਸਕ੍ਰੈਪ ਪਾਲਿਸੀ ਲਿਆਂਦੀ ਗਈ ਆ ਕਿ ਸ਼ਾਇਦ ਸਾਡੀ ਜਿਹੜੀ ਕਮਰਸ਼ੀਅਲ ਗੱਡੀ ਆ ਉਹ 8 ਸਾਲ ਬਾਅਦ ਸਕ੍ਰੈਪ ਹੋ ਜਾਣੀ ਆ, ਜਾਂ ਸਾਡੀ ਜਿਹੜੀ ਘਰੇਲੂ ਗੱਡੀ ਆ ਉਹ 15 ਸਾਲ ਬਾਅਦ ਜਿਹੜੀ ਆ ਉਹ ਸਕ੍ਰੈਪ 'ਚ ਚਲ ਜਾਣੀ ਆ। ਇਹੋ ਜਿਹਾ ਕੁਝ ਨਹੀਂਗਾ। ਸਰਦਾਰ ਭਗਵੰਤ ਸਿੰਘ ਮਾਨ ਜਿਹੜੀ ਪੰਜਾਬ ਸਰਕਾਰ ਆ ਉਹ ਲੋਕਾਂ ਦੀ ਸਰਕਾਰ ਆ, ਲੋਕ ਹਿਤੈਸ਼ੀ ਸਰਕਾਰ ਆ, ਇਹੋ ਜਿਹੀ ਕੋਈ ਵੀ ਗੱਲ ਨਹੀਂਗੀ। ਇਹ ਜੇ ਕੋਈ ਪਾਲਿਸੀ ਅਪਣਾਉਣਾ ਚਾਹੁੰਦਾ ਆ ਇਹ ਉਹਦੇ ਵਾਸਤੇ ਆਪਸ਼ਨ ਹੈ, ਕੋਈ ਕੰਪਲਸਰੀ ਨਹੀਂ, ਨਾ ਕੋਈ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ। ਜੇ ਕੋਈ ਵੀਰ ਕਮਰਸ਼ੀਅਲ ਵਾਹਨ 8 ਸਾਲ 10 ਸਾਲ 12 ਸਾਲ ਬਾਅਦ ਵੀ ਆਪਦੀ ਪਾਸਿੰਗ ਕਰਾਉਣਾ ਚਾਹੁੰਦਾ ਆ, ਉਹਦੀ ਪਾਸਿੰਗ ਆਰਟੀਏ ਦਫ਼ਤਰਾਂ 'ਚ ਹੋ ਰਹੀ ਆ, ਤੇ ਨਾਲ ਜਿਹੜਾ ਕੋਈ ਘਰੇਲੂ ਵਹੀਕਲ ਆ 15 ਸਾਲ ਛੱਡੋ 20 ਸਾਲ ਬਾਅਦ ਵੀ ਜੇ ਕੋਈ ਪਾਸਿੰਗ ਕਰਾਉਣੀ ਚਾਹੁੰਦਾ ਵਾ ਸਾਡੇ ਆਰਟੀਏ ਦਫ਼ਤਰਾਂ ਦੇ ਵਿੱਚ ਨਿਰੰਤਰ ਪਾਸਿੰਗ ਹੋ ਰਹੀ ਆ। ਇਹੋ ਜੀ ਕੋਈ ਗੱਲ ਨਹੀਂ ਕਿ ਕਿਸੇ ਦੀ ਕੋਈ ਗੱਡੀ 8 ਸਾਲ ਜਾਂ 15 ਸਾਲ ਬਾਅਦ ਸਕ੍ਰੈਪ ਹੋਣ ਵਾਲੀ, ਕੋਈ ਇਹੋ ਜੀ ਗੱਲ ਨਹੀਂਗੀ। ਬਾਕੀ ਰਹੀ ਗੱਲ ਜਿਹੜੇ ਸਾਡੇ ਵੀਰ ਡਰ ਰਹੇ ਨੇ, ਮੈਂ ਉਹਨਾਂ ਵਾਸਤੇ ਇੱਕ ਵਾਰ ਫੇਰ ਤੋਂ ਦੱਸ ਦੇਣਾ ਕਿ ਜੇ ਆਪਾਂ ਪਾਲਿਸੀ ਅਪਣਾਉਨੇ ਆ ਜਿਹੜਾ ਕਮਰਸ਼ੀਅਲ ਵਾਹਨ ਹੈ ਆਪਣੇ ਕੋਲ, ਜੇ ਆਪਾਂ 8 ਸਾਲ ਤੋਂ ਪਹਿਲਾਂ ਉਹਨੂੰ ਸਕ੍ਰੈਪ 'ਚ ਦੇ ਕੇ ਆਪਾਂ ਉਹਦਾ ਸਰਟੀਫਿਕੇਟ ਲੈ ਕੇ ਆਉਨੇ ਆ ਤੇ ਉਹਦੇ ਤੇ 15% ਰਜਿਸਟ੍ਰੇਸ਼ਨ ਫੀਸ ਤੇ ਆਪਾਂ ਨੂੰ ਛੋਟ ਮਿਲੂਗੀ, ਤੇ ਜੇ ਆਪਾਂ ਘਰੇਲੂ ਵਹੀਕਲ 15 ਸਾਲ ਤੋਂ ਪਹਿਲਾਂ ਸਕ੍ਰੈਪ 'ਚ ਦੇ ਕੇ ਉਹਦਾ ਸਰਟੀਫਿਕੇਟ ਲੈ ਕੇ ਆਉਂਦੇ ਆ ਉਹਦੀ ਰਜਿਸਟ੍ਰੇਸ਼ਨ ਫੀਸ ਤੇ ਆਪਾਂ ਨੂੰ 25% ਛੋਟ ਮਿਲੂਗੀ। ਪਰ ਜੇ ਕੋਈ ਨਹੀਂ ਇਸ ਪਾਲਿਸੀ ਨੂੰ ਅਪਣਾਉਣਾ ਚਾਹੁੰਦਾ ਉਹ ਨਿਰੰਤਰ ਆਪਦਾ ਵਹੀਕਲ ਚਲਾ ਸਕਦਾ। ਕੋਈ ਪੰਜਾਬ ਸਰਕਾਰ ਵੱਲੋਂ ਇਹੋ ਜਿਹਾ ਕੋਈ ਨੋਟੀਫਿਕੇਸ਼ਨ ਨਹੀਂ ਹੋਇਆ ਤੇ ਨਾ ਕੋਈ ਇਹੋ ਜਿਹੀ ਗੱਲ ਹੀ ਆ ਕਿ ਕਿਸੇ ਦਾ ਕੋਈ ਵਹੀਕਲ ਸਕ੍ਰੈਪ ਦੇ ਵਿੱਚ ਧੱਕੇ ਨਾਲ ਲਿਆਂਦਾ ਜਾਵੇਗਾ। ਵੇਖੋ ਉਹ ਪਾਸਿੰਗ ਦੇ ਵਿੱਚ ਬਿਲਕੁਲ ਜੇ ਫਿੱਟ ਹੋਵੇਗੀ ਉਹ ਗੱਡੀ ਤੇ ਉਹਨੂੰ ਪਾਸਿੰਗ ਦਿੱਤੀ ਜਾਵੇਗੀ, ਉਹ ਗੱਡੀ ਨਿਰੰਤਰ ਚੱਲ ਸਕਦੀ ਆ। ਇਹੋ ਜਿਹੀ ਕੋਈ ਗੱਲ ਨਹੀਂ। ਇਸ ਕਰਕੇ ਜਿਹੜੇ ਸਾਡੇ ਭੈਣ ਭਰਾ ਪਰੇਸ਼ਾਨ ਨੇ ਉਹ ਆਪਣੀ ਪਰੇਸ਼ਾਨੀ ਛੱਡ ਦੇਣ। ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ, ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਿਹਾ, ਦਿਨ ਰਾਤ ਕੰਮ ਕਰ ਰਿਹਾ। ਪੰਜਾਬ ਦੇ ਲੋਕਾਂ ਨੂੰ ਕਿਸੇ ਗੱਲ ਤੋਂ ਜਿਹੜਾ ਹਤਾਸ਼ ਨਹੀਂ ਹੋਣ ਦਿੱਤਾ ਜਾਊਗਾ। ਧੰਨਵਾਦ ਜੀ।